ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਹੁਸਨ ਦੂਨ ਸਵਾਇਆ ਬਾਬੇ ਹਰੀ ਉੱਦਾਂ ਹੀ ਬੈਠੇ ਆ ਸਵਾ ਤਾਂ, ਉਹਨਾਂ ਨੇ ਦਵਾ ਦਾ ਮੂੰਹ ਗੁੰਮ ਕੀਤਾ ਜਾ ਕੇ ਅਤੇ ਬਾਦਸ਼ਾਹ ਨੂੰ ਖਬਰ ਦਿੱਤੀ ਕਿ ਤੁਸੀਂ ਕਹਿੰਦੇ 12 ਸਾਲ ਹੋ ਗਏ ਆ, ਉਹ ਤਾਂ ਜੀ ਇੰਜਾ ਜਿਵੇਂ ਨੂੰ ਹੱਥ ਵਾ ਕੇ ਅਜੇ ਹੁਣ ਭਾਇਆ ਵਿੱਚ ਆ ਕੇ ਵੜ ਲਵੇ, ਉਹ ਰਕਬਾ ਲਿਖ ਕੇ ਮੇਰੇ ਪੇਸ਼ ਕਰੋ ਅਤੇ ਮੈਂ ਬਾਬੇ ਨੂੰ ਲਾ ਦੇਣਾ। ਉਸ ਵਕਤ ਫਿਰ ਬਾਬੇ ਹੁਰੀ ਆਏ ਨੇ, ਇਹਨਾਂ ਨੇ ਜਨਾਬ ਵਰਨਾ ਦੀ ਬੁੱਤੀ ਵੀ ਘੋੜਾ ਫੇਰਿਆ, ਦੋ ਕੁ ਇੱਧਰ ਦੱਖਣ ਪਾਸਾ, ਦੋ ਕੁ ਇੱਧਰ ਪਹਾੜ ਪਾਸਾ ਨਿਕਲ ਜਾਂਦਾ। ਇੱਧਰੋਂ ਲਾਲਕਿਆਂ ਦੇ ਉੱਤੋਂ ਦੀ ਘੋੜਾ ਆਉਂਦਾ ਸੀ, ਲਾਲਕਿਆਂ ਵਾਲੇ ਨੇ ਹੱਥ ਪੱਲਾ ਜੋੜਿਆ ਕਿ ਸਾਨੂੰ ਜੀ ਮਾਫ਼ ਕਰ ਦਿਓ, ਸਾਡਾ ਪਿੰਡ ਵੱਖਰਾ ਰਹਿਣਗੇ। ਆਹੋ ਨਾ ਆਈ, ਉੱਥੋਂ ਫਿਰ ਘੋੜਾ ਉਹਨਾਂ ਨੂੰ ਕੀਤਾ, ਇੱਧਰੋਂ ਜਾਣੀ ਕੋਹਕ ਬਣ ਜਾਂਦਾ ਹੋਊਗਾ, ਇੱਧਰੋਂ ਜੜਿਆਲੀਆਂ ਨੇ ਤਰਲਾ ਲਿਆ, ਕੋਹਕ ਇੱਧਰੋਂ ਬਣ ਜਾ। ਫਿਰ ਉਸ ਵਕਤ ਅਕਬਰ ਬਾਦਸ਼ਾਹ ਨੇ ਕਹਿੰਦੇ ਆ, ਦੱਸਦੇ ਆ ਬਈ ਹੱਥ ਬੰਨੇ, ਮਾਫ਼ੀ ਮੰਗੀ ਕਿ ਤੂੰ ਅੱਲਾ ਦਾ ਵਲੀ ਹੈ, ਮੈਂ ਤੇਰੇ ਨਾਲ ਜੋ ਜ਼ਿਆਦੀ ਕੀਤੀ ਆ ਮੈਨੂੰ ਮਾਫ਼ ਕਰ ਦੇ ਅਤੇ ਭਲਿਆ ਲੋਕਾਂ ਤੂੰ ਜਾ ਜਿੱਧਰ ਨੂੰ ਜਾਣਾ। ਆਪ ਕਹਿਣਗੇ ਠੀਕ ਆ ਮੀਆਂ, ਜੇ ਤੇਰਾ ਘਰ ਪੂਰਾ ਹੋ ਗਿਆ। ਇਹ ਜੀ ਪਿੰਡ ਵਰਨ ਦਾ, ਖਜੂਰਾਂ ਦੇਖੋ ਦਰਬਾਰ ਦੇ ਨਾਲ, ਬਾਬਾ ਸੱਤੂ ਪੀਰ ਦਾ ਦਰਬਾਰ ਹੈ। ਇਹਦੀ ਵੀ ਬੜੀ ਪੁਰਾਣੀ ਹਿਸਟਰੀ ਹੈ ਜੀ। ਇਹਦੇ ਨਾਲ ਇਹ ਖੂਹੀ ਹੈ, ਹੁਣ ਇਹ ਪੂਰੀ ਗਈ ਹੈ, ਲੇਕਿਨ ਇਹ ਬਹੁਤ ਇਤਿਹਾਸਕ ਖੂਹੀ ਹੈ ਬਾਬਾ ਜੀ ਦੇ ਜ਼ਮਾਨੇ ਦੀ। ਅੱਜ ਇਹਦੇ ਬਾਰੇ ਅਸੀਂ ਪੁੱਛਾਂਗੇ ਇੱਥੋਂ ਦੇ ਬਜ਼ੁਰਗਾਂ ਕੋਲੋਂ ਕਿ ਇਹਨਾਂ ਦੀ ਕੀ ਹਿਸਟਰੀ ਹੈ, ਬਾਬਾ ਸੱਤੂ ਪੀਰ ਸਾਹਿਬ ਦੀ। ਜੀ ਪੁਰਾਣਾ ਦਰਬਾਰ ਬਣਿਆ ਹੋਇਆ ਉਸੇ ਟਾਈਮ ਦਾ, ਬਜ਼ੁਰਗਾਂ ਦੇ ਬਾਬਾ ਸੱਤੂ ਪੀਰ ਦੇ, ਲੇਕਿਨ ਇਸ ਪਿੰਡ ਵਾਲਿਆਂ ਨੇ ਹੁਣ ਇਹਦੀ ਮੈਂਟੇਨੈਂਸ ਕੀਤੀ ਹੋਈ ਹੈ। ਇਹ ਨਾਲ ਖੂਹੀ ਹੈ, ਇਹ ਨਾਲ ਕਬਰਸਤਾਨ ਬਣ ਚੁੱਕਿਆ ਹੁਣ, 47 ਤੋਂ ਪਹਿਲੇ ਦੀ ਤਾਰੀਖੀ ਜਗ੍ਹਾ। ਇਸ ਬਾਬਾ ਜੀ ਨੂੰ ਸਿੱਖ ਪਰਿਵਾਰ ਦੇ ਲੋਕ ਅਤੇ ਮੁਸਲਿਮ ਪਰਿਵਾਰ ਦੇ ਲੋਕ ਬਹੁਤ ਮੰਨਤਾ ਹੈ ਜੀ ਬਾਬਾ ਜੀ ਦੀ। ਇਹਦੇ ਇਤਿਹਾਸ ਬਾਰੇ ਅਸੀਂ ਇੱਥੋਂ ਦੇ ਜਿਹੜੇ ਗੱਦੀ ਨਸ਼ੀਨ ਨੇ ਬਜ਼ੁਰਗ ਉਹਨਾਂ ਕੋਲ ਪੁੱਛਾਂਗੇ ਅਤੇ ਕੋਸ਼ਿਸ਼ ਕਰਾਂਗੇ ਜੀ ਇਹਦੇ ਇਤਿਹਾਸ ਬਾਰੇ ਪੁੱਛਣ ਦੀ ਅਤੇ ਤੁਹਾਡੇ ਸਾਰੇ ਦੋਸਤਾਂ ਤੱਕ ਪਹੁੰਚਾਉਣ ਦੀ। ਵਾਲੇਕੁਮ ਸਲਾਮ ਜੀ। ਬਜ਼ੁਰਗ ਕੀ ਨਾਮ ਹੈ ਆਪਣਾ? ਮੇਰਾ ਨਾਮ ਜੀ ਬਹੁਤਾ ਬਾਬਾ ਮਸਤ ਤੋਂ ਮਸ਼ਹੂਰ ਹਾਂ ਮੈਂ। ਮਸਤ ਮਸ਼ਹੂਰ ਹੈ? ਬਾਬਾ ਮਸਤ ਕਹਿੰਦੇ ਆ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਹੈ? ਸਾਡੇ ਬਾਪ ਦਾ ਨਾਮ ਸੀ ਸ਼ਰਫਦੀਨ। ਸ਼ਰਫਦੀਨ
ਕਿਹੜਾ ਪਿੰਡ ਜਿੱਥੇ ਬੈਠੇ ਹੋ? ਵਰਨ। ਡੇਰਾ ਕਿਹੜਾ? ਬਾਬਾ ਸਤੋਵੀਰ। ਬਾਬਾ ਸਤੋਵੀਰ, ਇਹ ਦਰਬਾਰ ਬਾਬਾ ਜੀ ਦਾ? ਬਾਬਾ ਸਤੋਵੀਰ ਸਾਹਿਬ ਦਾ? ਹਾਂਜੀ। ਇਹਦੀ ਸਾਨੂੰ ਹਿਸਟਰੀ ਦੱਸੋ ਥੋੜ੍ਹੀ ਬਹੁਤ ਇਸ ਬਜ਼ੁਰਗਾਂ ਦੀ, ਕਿ ਇਹ ਕਿੱਦਾਂ ਇੱਥੇ ਆਬਾਦ ਹੋਏ ਅਤੇ ਡੇਰਾ ਕਿੱਦਾਂ ਇੱਥੇ ਆਬਾਦ ਹੋਇਆ? ਇਹ ਜੀ ਵਿਰਕ ਜੱਟ ਨੇ ਬਾਬਾ ਸਤੋਵੀਰ ਕੇ। ਹਾਂਜੀ। ਇਹਨਾਂ ਦੀ ਜਨਮ ਜਿਹੜਾ ਹੈ ਸਿੱਖਾਂ ਦੇ ਘਰ ਦਾ ਹੈ। ਅੱਛਾ, ਸਿੱਖ ਸਨ? ਸਿੱਖ ਸਨ। ਬਚਪਨ ਦੇ ਵਿੱਚ ਨਾ ਇਹ ਮਾਲ ਝਾੜਦੇ ਸੀ ਬਾਹਰ ਜੰਗਲ 'ਚ। ਜੰਮੂ ਕਸ਼ਮੀਰ ਵੱਲੋਂ ਦੱਸਦੀ ਇਹਨਾਂ ਦੀ ਤਬਾਰੀਖ ਵੀ ਉਧਰੋਂ ਇਹ ਮਹਾਜਰ ਹੋ ਕੇ ਟੁਰੇ ਨੇ ਤੇ ਤੁਰਦੇ ਤੁਰਦੇ ਇੱਥੇ ਆ ਕੇ ਇਹਨਾਂ ਦਾ ਮੁਕਾਮ ਹੋ ਗਿਆ। 47 ਤੋਂ ਪਹਿਲਾਂ ਦੀਆਂ ਗੱਲਾਂ? ਇਹ ਅਕਬਰ ਬਾਦਸ਼ਾਹ ਦੇ ਜ਼ਮਾਨੇ ਦੀਆਂ ਗੱਲਾਂ ਜੀ, ਚੁਗਤਿਆਂ ਦੇ ਵਕਤ ਦੀਆਂ। ਅੱਛਾ ਅੱਜ ਦੀਆਂ ਨੇ। ਸਹੀ ਹੋ ਗਿਆ। ਇੱਥੇ ਆ ਕੇ ਜੀ ਇਹਨਾਂ ਨੇ ਮੁਕਾਮ ਕੀਤਾ। ਇਹ ਬਚਪਨ ਦੇ ਵਿੱਚ ਬਾਹਰ ਮਾਲ ਝਾੜਦੇ ਸੀ। ਉੱਥੇ ਇੱਕ ਇਹਨਾਂ ਕੋਲ ਅੱਲਾ ਦਾ ਵਲੀ ਆਇਆ, ਫਕੀਰ ਨਾਂਗਾ ਸਾਧੂ ਜਿਹਨੂੰ ਕਹਿੰਦੇ ਕਾਦਰੀ ਕਲੰਦਰੀ। ਉਹਨੇ ਆ ਕੇ ਇਹਨਾਂ ਨੂੰ ਕਿਹਾ ਕਿ ਬੇਟਾ ਪਾਣੀ ਪੀਣਾ, ਤੇ ਸਾਰੇ ਮੁੰਡੇ ਨਿਆਣੇ ਸੀ ਜਿਹੜੇ ਉਹ ਚੁੱਪ ਕਰ ਰਹੇ। ਇਹ ਬਾਬੇ ਹੋਰੀ ਜਿਹੜਾ ਗੁਸਿਆਣੇ ਸੀ ਕਿ ਬਾਬਾ ਜੀ ਅਸੀਂ ਤਾਂ ਘਰੋਂ ਪਾਣੀ ਪੀ ਕੇ ਤੁਰਦੇ ਹਾਂ ਅਤੇ ਘਰ ਹੀ ਜਾ ਕੇ ਪੀਂਦੇ ਹਾਂ, ਇੱਥੇ ਤਾਂ ਬੜੀ ਯਾਰਡ ਹੈ ਅਤੇ ਸਾਡੇ ਕੋਲ ਪਾਣੀ ਦਾ ਇੰਤਜ਼ਾਮ ਤਾਂ ਕੋਈ ਨਹੀਂ। ਅੱਛਾ, ਸਹੀ ਹੋ ਗਿਆ। ਇਹ ਬਾਬੇ ਨੇ ਕਿਹਾ, ਬਾਬਾ ਸਤੂ ਪੀਰ ਨੇ। ਹਾਂ, ਉਹ ਫਕੀਰ ਲੋਕ ਸੀ ਅੱਗੋਂ ਚੁੱਪ ਕਰਕੇ, ਫਿਰ ਇਹ ਕਹਿਣ ਲੱਗੇ ਕਿ ਬਾਬਾ ਜੀ ਜੇ ਤੁਹਾਨੂੰ ਤਰੇ ਲੱਗ ਹੀ ਜਾਵੇ ਫਿਰ ਕੀ ਕਰੋ? ਅੱਛਾ, ਬਜ਼ੁਰਗਾਂ ਨੇ ਕਿਹਾ। ਹਾਂ, ਅਖੇ ਜੀ ਫਿਰ ਬਈ ਬਹੁਤੀ ਜੇ ਲੱਗ ਜਾਵੇ ਤਾਂ ਕੋਈ ਗਾਂ ਗੂੰ ਚੋ ਕੇ ਪੀ ਲਾਂਗੇ। ਅੱਛਾ, ਅਖੇ ਜੀ ਬਾਬੇ ਹੋਰੀ ਕਹਿਣ ਲੱਗਿਆ ਕਿ ਤੁਹਾਨੂੰ ਵੀ ਜੇ ਕਹੋ ਤਾਂ ਗਾਂ ਚੋ ਦਿੰਦੇ ਹਾਂ। ਬਾਬੇ ਹੋਰੀ ਉਹ ਕਹਿਣ ਲੱਗੇ ਵੀ ਚੋ ਦਿਓ ਬੇਟਾ, ਅਸੀਂ ਵੀ ਪੀ ਲਾਂਗੇ ਜੇ ਤੁਸੀਂ ਪੀ ਲੈਂਦੇ ਹੋ। ਇਹਨਾਂ ਨੇ ਗਾਂ ਉਹਨਾਂ ਨੇ ਚੋ ਦਿੱਤੀ, ਉਹਨਾਂ ਨੇ ਜਿਵੇਂ ਪੀਤੀ ਅਤੇ ਉਹਨੂੰ ਕਹਿਣ ਲੱਗੇ ਇਹਨਾਂ ਨੂੰ ਕਿ ਤੇਰਾ ਬੇਟਾ ਨਾਂ ਕੀ ਹੈ? ਅਖੇ ਜੀ ਮੇਰਾ ਨਾਂ ਹੈ ਸੱਤੋ ਸਿੰਘ, ਮਾਪਿਆਂ ਨੇ ਰੱਖਿਆ। ਉਹਨਾਂ ਨੇ ਮਾਰੀ ਇਹਨਾਂ ਨੂੰ ਥਾਪੀ ਤੇ ਕਿਹਾ ਜਾ ਸੱਤੋ, ਤੈਨੂੰ ਮਾਪਿਆਂ ਨੇ ਰੱਖਿਆ, ਤੇਰਾ ਨਾਂ ਸੱਤੋ ਸਿੰਘ ਤੇ ਪੀਰ ਤੈਨੂੰ ਅਸੀਂ ਕਰ ਦਿੱਤਾ। ਅੱਛਾ ਜੀ। ਤੇਰਾ ਰਹਿੰਦੀ ਦੁਨੀਆ ਤੱਕ ਨਾਂ ਰਹੂਗਾ ਤੇ ਸੱਤੋ ਪੀਰ ਤੈਨੂੰ ਕਹਿਣਗੇ। ਵਾਹ ਜੀ ਵਾਹ। ਸਾਰੇ ਤੇ ਤੈਨੂੰ ਕੋਈ ਥੋੜਾ ਜਿਹਾ ਬਣੋਬਾਸ ਮਿਲੇਗਾ, ਤਕਲੀਫ ਮਿਲੇਗੀ ਤੇ ਫਿਰ ਤੇਰਾ ਨਾਮ ਰੋਸ਼ਨ ਹੋਣਾ, ਅਜੇ ਤੂੰ ਮਸ਼ਹੂਰ ਨਹੀਂ ਹੋ ਸਕਦਾ। ਫਕੀਰ ਗੁੰਮ ਹੋ ਗਿਆ, ਕਹਿ ਕੇ ਚਲਾ ਗਿਆ। ਅੱਜ ਹੋਰ ਕੱਲ ਹੋਰ, ਮਾਂ ਬਾਪ ਸਿਰ ਤੋਂ ਤੁਰ ਗਿਆ, ਆਪ ਬਰਸਰੇ ਕੇਦਾਰ ਜਿਸ ਵੇਲੇ ਆਏ ਘਰ ਦੇ, ਮੁਤਬਿਰ ਹੋਏ ਮੁਖਤਿਆਰ ਡੇਰੇ ਦੇ ਪੂਰੇ ਦੇ ਜਿਹੜੇ ਕੋਈ ਇਹਨਾਂ ਦੇ 10-15 ਝੁੱਗੇ ਸੀ। ਇਹ ਹੁਣ ਡੇਰੇਦਾਰੀ ਕਰਦੇ ਸੀ, ਆਏ ਗਏ ਇਹਨੂੰ ਟੁੱਕਰ ਪਾਣੀ ਦੇਣਾ, ਝੁਦਰਾ ਕਰਦੇ ਸੀ ਫੈਸਲੇ ਕਰਨੇ। ਅਕਬਰ ਬਾਦਸ਼ਾਹ ਦੇ ਛੱਡੇ ਆਪਣਾ ਮਾਮਲਾ ਕਰਾਉਣ ਵਾਸਤੇ ਫੌਜੀ, ਵੀ ਜਿੱਥੇ ਜਿੱਥੇ ਆਬਾਦੀ ਆ ਉੱਥੇ ਉੱਥੇ ਜੋ ਕੁਛ ਵੀ ਉਹਨਾਂ ਦਾ ਕੋਈ ਕਾਸ਼ਤ ਕੀਤੀ ਆ ਉਹਨਾਂ ਕੋਲੋਂ ਤੁਸੀਂ ਨਾ ਮਾਮਲਾ ਵਸੂਲ ਕੇ ਲਿਆਵੋ, ਜੋ ਕੁ ਉਹਨਾਂ ਨੇ ਲਾਇਆ ਹੋਊ ਉਹਨਾਂ ਜ਼ਮਾਨੇ 'ਚ ਧੇਲਾ ਦੰਬੜਾ ਪੈਸਾ ਰੁਪਈਆ ਇਹੋ ਕੁਛ ਹੀ। ਉਹ ਜਨਾਬ ਫਿਰਦੇ ਫਿਰਦੇ ਆ ਗਏ ਉੱਧਰੋਂ ਰਾਤ ਪਈ ਅਤੇ ਬਾਬੇ ਹੋਰਾਂ ਦੇ ਕੋਲ ਆ ਕੇ ਕਹਿਣ ਲੱਗੇ ਵੀ ਜੀ ਨਾਲੇ ਸਰਦਾਰ ਜੀ ਅਸੀਂ ਰਾਤ ਰਹਿਣਾ, ਨਾਲੇ ਅਸੀਂ ਬਾਦਸ਼ਾਹ ਦੇ ਘੱਲੇ ਆਏ ਹਾਂ ਮਾਮਲਾ ਲੈਣਾ। ਅੱਛਾ, ਫੌਜੀ ਕਹਿੰਦੇ? ਹਾਂਜੀ। ਬਾਬੇ ਹੋਰਾਂ ਨੇ ਕਿਹਾ ਆ ਜਾਓ ਜੀ ਆਇਆਂ ਨੂੰ ਸਦਕੇ ਆਇਆਂ ਨੂੰ, ਇਹ ਜਿਹੜਾ ਤੁਹਾਡਾ ਦੌਲਤ ਮਾਲ ਹੈ ਨਾ ਇਹ ਉੱਥੇ ਰੱਖ ਦਿਓ ਇੱਕ ਕਮਰੇ ਦੇ ਵਿੱਚ। ਹਾਂਜੀ। ਘੋੜੇ ਖੱਚਰਾਂ ਜਿਹੜੇ ਤੁਸੀਂ ਇੱਧਰ ਬੰਨ ਦਿਓ ਆਪਦੇ, ਆਪ ਰੋਟੀ ਪਾਣੀ ਖਾਓ ਅਤੇ ਬੇਫਿਕਰ ਹੋ ਕੇ ਸੌਂ ਜਾਵੋ, ਸਵੇਰ ਨੂੰ ਉੱਠਿਓ ਇਹ ਆਪਦੀ ਦੌਲਤ ਮਾਲ ਸਾਡੇ ਤੋਂ ਪੂਰਾ ਕਰਕੇ ਟੁਰ ਜਾਓ। ਉਹ ਕਹਿਣ ਲੱਗੇ ਠੀਕ ਆ ਜੀ। ਉਹ ਖਾ ਪੀ ਕੇ ਸੌਂ ਗਿਆ। ਬਾਬੇ ਜੀ ਨੇ ਰਾਤ ਨੂੰ ਹੁਕਮ ਦੇ ਤਾ ਨੌਕਰਾਂ ਆਪਦਿਆਂ ਨੂੰ ਕਿ ਆਹ ਜਿਹੜਾ ਦਾਲੇ ਦਾਲੇ ਦੇ ਪਿੰਡ ਨੇ ਨਾ ਝੱਬਰ ਜੰਡਿਆਲਾ ਕਾਲੋ ਕੇ ਵਰਨ ਇਸਰ ਕੇ, ਜਾਓ ਇਹਨਾਂ ਦੇ ਵਿੱਚ ਫਿਰ ਕੇ ਢੰਡੋਰਾ ਫੇਰ ਦਿਓ ਕਿ ਜਿਹੜਾ ਰਾਤੋ ਰਾਤ ਬੁੱਕ ਡੀਕਰੀਆਂ ਦਾ ਲਿਆਵੇ ਉਹ ਬੁੱਕ ਰੁਪਈਆਂ ਦਾ ਲੈ ਜਾਵੇ। ਬਾਬਾ ਜੀ ਨੇ ਕਿਹਾ ਉਹਨਾਂ? ਹਾਂਜੀ। ਉਹ ਜਨਾਬ ਗਰੀਬ ਆਦਮੀ ਸੀ ਜਿਹੜੇ ਕਾਲ ਪਿਆ ਸੀ, ਉਹ ਡੀਕਰੀਆਂ ਲਈ ਜਾਣ ਅਤੇ ਉੱਥੋਂ ਪੈਸੇ ਉਹ ਲਈ ਆਉਣ, ਉਹਨਾਂ ਦੀਆਂ ਸਾਰੀਆਂ ਛੱਟਾਂ ਵਰਤਾ ਕੇ ਅਤੇ ਡੀਕਰੀਆਂ ਭਰ ਕੇ ਅਤੇ ਉਸੇ ਤਰ੍ਹਾਂ ਥੋਪੇ ਲਾ ਦੇ ਜਿਸ ਤਰ੍ਹਾਂ ਪਹਿਲਾਂ ਸੀ। ਜਿਹੜੇ ਤੋਪੇ ਲਾ ਤੇ ਸਵੇਰ ਨੂੰ ਉੱਠੇ ਉਹਨਾਂ ਨੇ ਖਾਧਾ ਪੀਤਾ ਮਾਮਲਾ ਮੰਗਿਆ, ਉਹ ਲੈ ਕੇ ਤੇ ਚਲੇ ਗਏ।
ਜਿਸ ਵੇਲੇ ਜਾ ਕੇ ਬਾਦਸ਼ਾਹ ਦੇ ਗੱਲੇ ਢੇਰੀ ਕੀਤਾ, ਉਹ ਦੌਲਤ ਮਾਲ ਜਿਹੜਾ ਸੀ ਉਹ ਡੀਕਰੀਆਂ ਨਿਕਲੀਆਂ ਉੱਥੇ। ਹਾਂ, ਬਾਦਸ਼ਾਹ ਨੇ ਕਿਹਾ ਵੀ ਇਹ ਕੀ ਗੱਲ ਬਾਈ, ਆਖੇ ਜਨਾਬ ਸਾਡਾ ਇਹਦੇ 'ਚ ਕੋਈ ਗੁਨਾਹ ਨਹੀਂ, ਅਤੇ ਅਸੀਂ ਤਾਂ ਜੀ ਰਾਤ ਜਿੱਥੇ ਰਹੇ ਸਾਨੂੰ ਕਿਸੇ ਨੇ ਦਾਲ ਲਾਇਆ। ਬਾਦਸ਼ਾਹ ਨੇ ਹੁਕਮ ਦਿੱਤਾ ਜਾਓ ਜਿੱਥੇ ਜਿੱਥੇ ਰਾਤ ਰਹਿੰਦੇ ਆ ਇਹਨੂੰ ਫੜ ਕੇ ਮੇਰੇ ਪੇਸ਼ ਕਰੋ ਸਾਰੇ ਉਹ ਬੰਦੇ। ਹਾਂਜੀ, ਹੁਣ ਉਹ ਫੜਦੇ ਫੜਦੇ ਤੁਰੇ ਆਏ ਅਤੇ ਬਾਬੇ ਹੋਰਾਂ ਕੋਲ ਵੀ ਆ ਗਏ। ਬਾਬੇ ਹੋਰਾਂ ਨੂੰ ਪੁੱਛਿਆ ਵੀ ਕੀ ਮਾਜਰਾ, ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਕਰਕੇ ਨਾ ਸਾਡੇ ਪੈਸੇ ਕੱਢ ਲਏ ਅਤੇ ਡੀਕਰੀਆਂ ਭਰ ਦਿੱਤੀਆਂ ਕਿਸੇ ਨੇ, ਅਤੇ ਜਿੱਥੇ ਜਿੱਥੇ ਜੀ ਅਸੀਂ ਰਾਤ ਰਹੇ ਹਾਂ ਬਾਦਸ਼ਾਹ ਦਾ ਹੁਕਮ ਆ ਵੀ ਫੜ ਕੇ ਮੇਰੇ ਪੇਸ਼ ਕਰੋ, ਪਤਾ ਨਹੀਂ ਜੀ ਉਹ ਕਿਹਨੇ ਕੀਤੀ। ਅਤੇ ਸਰਦਾਰ ਜੀ ਤੁਸੀਂ ਸਾਡੀ ਖਿਦਮਤ ਕੀਤੀ ਆ, ਸਾਡੇ 'ਤੇ ਗਿਲਾ ਗੁਜ਼ਾਰੀ ਨਾ ਕਰਿਓ ਅਤੇ ਤੁਹਾਨੂੰ ਉੱਥੇ ਜਾਣਾ ਪੈਣਾ ਜ਼ਰਾ। ਬਾਬੇ ਹੋਰੀ ਕਹਿਣ ਲੱਗੇ ਕਿ ਬਈ ਜੇ ਤੁਹਾਡਾ ਚੋਰ ਲੱਭ ਜਾਏ ਤੁਹਾਨੂੰ ਇੱਥੋਂ, ਤਾਂ ਤੁਹਾਨੂੰ ਫਿਰ ਅੱਗੇ ਪਿੱਛੇ ਜਾਣ ਦੀ ਕੀ ਜ਼ਰੂਰਤ ਹੈ, ਅਤੇ ਤੁਹਾਨੂੰ ਕੀ ਜ਼ਰੂਰਤ ਹੈ ਇਹਨਾਂ ਨੂੰ ਫੜਨ ਦੀ? ਆਖੇ ਜੀ ਨਹੀਂ ਕੋਈ ਜ਼ਰੂਰਤ ਨਹੀਂ। ਆਖੇ ਫਿਰ ਡੀਕਰੀਆਂ ਮੈਂ ਭਰੀਆਂ ਜੇ, ਪੈਸੇ ਤੁਹਾਡੇ ਮੈਂ ਕੱਢੇ ਆ, ਤਾਂ ਮੈਨੂੰ ਲੈ ਚੱਲੋ ਜਿੱਥੇ ਲਿਜਾਉਣਾ ਜੀ। ਉਹਨਾਂ ਨੇ ਕਿਹਾ ਠੀਕ ਆ ਜੀ ਚਲੋ। ਫੜ ਕੇ ਬਾਬੇ ਨੂੰ ਲੈ ਗਏ, ਜਾ ਕੇ ਤਾਂ ਬਾਦਸ਼ਾਹ ਦੇ ਪੇਸ਼ ਕੀਤਾ ਕਿ ਜੀ ਆਹ ਸਤੋ ਸਿੰਘ ਸਰਦਾਰ ਆ ਵਰਨਾ ਵਾਲਾ, ਇਹਨੇ ਤੁਹਾਡੇ ਪੈਸੇ ਕੱਢੇ ਆ, ਕੱਢ ਕੇ ਅਤੇ ਡੀਕਰੀਆਂ ਭਰ ਦਿੱਤੀਆਂ। ਸ਼ਹਿਨਸ਼ਾਹ ਨੇ ਪੁੱਛਿਆ ਕਿਉਂ ਬਈ? ਹਾਂ ਜਨਾਬ, ਕਿਉਂ ਕੱਢੀਆਂ? ਕਿ ਜੀ ਗਰੀਬ ਆਦਮੀ ਸੀ, ਭੁੱਖੇ ਮਰਦੇ ਸੀ, ਕਾਲ ਪਿਆ ਸੀ, ਕੋਈ ਜ਼ਰੀਆ ਨਹੀਂ ਸੀ, ਅਤੇ ਮੈਂ ਆਖਿਆ ਜੀ ਬਾਦਸ਼ਾਹ ਨੇ ਕੋਲ ਅੱਗੇ ਕਿਹੜਾ ਦੌਲਤ ਥੋੜ੍ਹੀ ਆ, ਉੱਥੇ ਜਾ ਕੇ ਵੀ ਇਹਨਾਂ ਗੱਲੇ 'ਚ ਦੱਬ ਹੀ ਛੱਡਣੀ ਹੈ, ਅਤੇ ਮੈਂ ਇਹਨਾਂ ਨੂੰ ਦੇ ਦਿਆਂ ਗਰੀਬਾਂ ਮਸਕੀਨਾਂ ਨੂੰ। ਬਾਦਸ਼ਾਹ ਕਹਿਣ ਲੱਗਾ ਤੂੰ ਐਡਾ ਸਖੀ, ਗਰੀਬਾਂ ਮਸਕੀਨਾਂ ਨੂੰ ਵੰਡਣ ਵਾਲਾ, ਫਿਰ ਲਿਆ ਸਾਨੂੰ ਦੇ ਹੁਣ। ਬਾਬੇ ਹੋਰੀ ਕਹਿਣ ਲੱਗੇ ਜੀ ਜੇ ਮੈਂ ਦੇਣ ਜੋਗਾ ਹੁੰਦਾ ਤਾਂ ਮੈਂ ਇਹਨਾਂ ਨੂੰ ਕੋਲੋਂ ਦੇ ਦਿੰਦਾ, ਹੁਣ ਤਾਂ ਇਸ ਮੁਆਵਜ਼ੇ ਦੇ ਵਿੱਚ ਮੇਰੀ ਜਾਨ ਹਾਜ਼ਰ ਹੈ, ਇਹਦੇ ਨਾਲ ਜੋ ਕਰਨਾ ਕਰ ਲਓ। ਅੱਛਾ ਜੀ, ਬਾਦਸ਼ਾਹ ਕਹਿੰਦਾ ਜਾਓ ਏ ਇਹਨੂੰ ਕੁੰਭ ਦੇ ਵਿੱਚ ਸੁੱਟ ਦਿਓ। ਉਹਨਾਂ ਵਕਤਾਂ ਦੇ ਵਿੱਚ ਦੱਸਦੇ ਆ ਕਿ ਕੁੰਭਾਂ ਹੁੰਦੀਆਂ ਸੀ, ਜਿਵੇਂ ਕਬਰਾਂ ਨਹੀਂ ਹੈਗੀਆਂ, ਇਸ ਤਰ੍ਹਾਂ ਪੱਟੀਆਂ ਹੁੰਦੇ ਸੀ ਟੋਏ, ਅਤੇ ਜਿਹੜਾ ਕੋਈ ਬਹੁਤਾ ਸਖਤ ਢੱਕ ਆਉਣੀ ਉਹਨੂੰ ਉਹਦੇ ਵਿੱਚ ਸੁੱਟ ਕੇ ਅਤੇ ਉੱਤੋਂ ਇਸ ਤਰ੍ਹਾਂ ਮਿੱਟੀ ਪਾ ਕੇ ਸਾਹ ਗੁੰਮ ਕਰ ਦੇਣਾ ਉਹਦਾ, ਉਹਨੇ ਤੜਫ ਤੜਫ ਕੇ ਦੇ ਵਿੱਚ ਫਿਰ ਮਰ ਮੁਰ ਜਾਣਾ, ਖੱਪ ਜਾਣਾ। ਬਾਬਾ ਜੀ ਨੂੰ ਜੀ ਕੁੰਭ 'ਚ ਸੁੱਟ ਦਿੱਤਾ ਅਤੇ ਮੂੰਹ ਕਰਤਾ ਬੰਦ, ਅਤੇ ਅੱਲਾ ਪਾਕ ਦਾ ਹੁਕਮ ਜੋ ਐਸਾ ਹੋਇਆ ਕਿ 12 ਸਾਲ ਬਾਬੇ ਨੂੰ ਹੋ ਗਏ ਵਿੱਚ ਭੋਰੇ ਦੇ ਗਏ ਨੂੰ, ਆਹ ਕੁੰਭ 'ਚ ਪਏ ਨੂੰ 12 ਸਾਲੀ, ਅੱਲਾ ਦੀਆਂ ਵੀ ਮਨਜ਼ੂਰੀ ਹੋ ਗਈ ਅਤੇ ਬਾਦਸ਼ਾਹ ਦੇ ਵੀ ਦੇਣ 'ਚ ਆ ਗਈ ਵੀ ਉਹ ਜਿਹੜਾ ਸਤੋ ਸਿੰਘ ਹੈ ਨਾ ਉਹਨੂੰ 12 ਸਾਲ ਹੋ ਚੱਲੇ, ਉਹਦੀ ਤਾਂ ਹੁਣ ਹੱਡੀ ਪਸਲੀ ਵੀ ਨਹੀਂ ਰਹੀ ਹੋਣੀ, ਉਹ ਪੱਟ ਕੇ ਕੁੰਭ ਅਤੇ ਉਹ ਖਾਲੀ ਕਰਕੇ ਅਤੇ ਹੁਣ ਆਹ ਢਾਕਾ ਹੀ ਇਹਨੂੰ ਸੁੱਟੋ ਵਿੱਚ ਉਹਦੇ। ਉਹ ਜਿਸ ਵੇਲੇ ਜਾ ਕੇ ਉਹਨਾਂ ਨੇ ਨੌਕਰਾਂ ਨੇ ਕੁੰਭ ਦਾ ਮੂੰਹ ਪੱਟਿਆ ਅਤੇ ਬਾਬੇ ਹੋਰਾਂ ਦਾ ਚੌਂਕੜਾ ਮਾਰਿਆ ਅਤੇ ਖੁਸ਼ਬੂਈਆਂ ਆਉਣ ਅਤੇ ਹੁਸਨ ਦੂਨ ਸਵਾਇਆ, ਬਾਬੇ ਹੋਰੀ ਉੱਦਾਂ ਹੀ ਬੈਠੇ ਆ ਸਵਾ ਤਾਣੀ। ਉਹਨਾਂ ਨੇ ਦਵਾ ਦਾ ਮੂੰਹ ਗੁੰਮ ਕੀਤਾ, ਜਾ ਕੇ ਅਤੇ ਬਾਦਸ਼ਾਹ ਨੂੰ ਖਬਰ ਦਿੱਤੀ ਕਿ ਤੁਸੀਂ ਕਹਿੰਦੇ 12 ਸਾਲ ਹੋ ਗਏ ਆ, ਉਹ ਤਾਂ ਜੀ ਇੰਝ ਆ ਜਿਵੇਂ ਨੂੰ ਹੱਥ ਵਾ ਕੇ ਅਜੇ ਹੁਣ ਭਾਇਆ ਵਿੱਚ, ਉਹ ਤਾਂ ਬਿਲਕੁਲ ਜਿੰਦਾ ਬੈਠਾ। ਅੱਛਾ ਚਲੋ ਬਈ ਚੱਲ ਕੇ ਦੇਖੀਏ। ਫਿਰ ਸਾਰੇ ਉੱਥੋਂ ਨਾਲ ਉੱਠ ਕੇ ਅਤੇ ਤੁਰ ਪਏ, ਬਾਦਸ਼ਾਹ ਵੀ ਤੁਰ ਪਿਆ। ਜਿਸੇ ਆ ਕੇ ਦੇਖਿਆ ਬਾਦਸ਼ਾਹ ਨੇ ਤਾਂ ਬਿਲਕੁਲ ਵਾਕਈ ਉਹ ਜਿੰਦਾ ਬੈਠੇ। ਫਿਰ ਉਹਨਾਂ ਵਕਤਾਂ ਦੇ ਵਿੱਚ ਦੱਸਦੇ ਕਿ ਹੌਲੀ ਹੌਲੀ ਮੂੰਹ ਪੱਟਿਆ, ਰੂੰ ਲਵੇਟਿਆ, ਦਾਲੇ ਦਾਲੇ ਕੱਪੜੇ ਵੇਟੇ, ਘੁੱਟਿਆ, ਨੱਪਿਆ, ਠਾ ਕੇ ਖੜਾ ਕੀਤਾ, ਆਸਤੇ ਆਸਤੇ ਫਿਰ ਦੁਨੀਆਂ ਦੀ ਹਵਾ ਲਵਾਈ, ਅਤੇ ਫਿਰ ਉਹਨਾਂ ਨੂੰ ਕਾਇਮ ਕੀਤਾ। ਕਾਇਮ ਕਰਕੇ ਅਤੇ ਕਹਿੰਦੇ ਚਲੋ ਜੀ ਹੁਣ ਇਹਨੂੰ ਅਦਾਲਤ ਨੂੰ ਲੈ ਕੇ ਚੱਲੀਏ। ਉੱਥੇ ਜਾ ਕੇ ਇਹਨੂੰ ਪੁੱਛਦੇ ਵੀ ਤੂੰ ਕਿਹੜੇ ਜ਼ਰੀਏ ਨਾਲ ਬਚਿਆ 12 ਸਾਲ ਬਈ? ਇਹ ਲੈ ਕੇ ਤੁਰ ਪਏ ਅਤੇ ਰਸਤੇ ਦੇ ਵਿੱਚ ਤੁਰਿਆ ਜਾਂਦਿਆਂ ਇੱਕ ਖਡੱਲ, ਜਾਣੀ ਕਿ ਬੇਆਬਾਦ ਖੂਹ ਜਿਹਦੇ 'ਤੇ ਕੋਈ ਪਾਣੀ ਕੱਢਣ ਦਾ ਜ਼ਰੀਆ ਨਾ ਹੋਵੇ, ਉਹ ਖਡੱਲ ਇੱਕ ਰਾਹ 'ਚ ਆ ਗਈ ਬੇਆਬਾਦ। ਬਾਬੇ ਹੋਰੀ ਕਹਿੰਦੇ ਵੀ ਇਹ ਕੀ ਆਖੇ ਜੀ ਇਹ ਖਡੱਲ ਹੈ? ਅੱਛਾ ਬਈ ਅਸੀਂ ਇੱਥੇ ਇਸ਼ਨਾਨ ਕਰਨਾ, ਸਾਨੂੰ ਜਰਾ ਨਹਾ ਲੈਣ ਦਿਓ। ਬਾਦਸ਼ਾਹ ਨੇ ਪੁੱਛਿਆ, ਬਾਦਸ਼ਾਹ ਕਹਿੰਦਾ ਜੀ ਇਹਨਾਂ ਨੂੰ ਟੂਟੀਆਂ 'ਤੇ ਚੱਲ ਕੇ ਨਹਾਉਂਦੇ ਆ, ਇੱਥੇ ਤਾਂ ਪਾਣੀ ਕੱਢਣ ਦਾ ਕੋਈ ਜ਼ਰੀਆ ਨਹੀਂ। ਬਾਬੇ ਹੋਰੀ ਕਹਿਣ ਲੱਗੇ ਭਾਈ ਜਿਹਨੇ ਸਾਨੂੰ 12 ਸਾਲ ਭੋਰੇ ਵਿੱਚ ਪਾਲਿਆ ਉਹ ਇੱਥੇ ਸਾਨੂੰ ਨਹਾ ਵੀ ਸਕਦਾ, ਅਤੇ ਅਸੀਂ ਤੁਹਾਡੀਆਂ ਟੂਟੀਆਂ 'ਤੇ ਨਹੀਂ ਨਹਾਉਣਾ, ਤੁਹਾਡੇ ਤਾਂ ਮੁਰਜ਼ਮ ਹੈ, ਅਸੀਂ ਇੱਥੇ ਹੀ ਨਹਾ ਕੇ ਜਾਣਾ। ਬਾਬੇ ਹੋਰਾਂ ਨੇ ਲਗੋਟਾ ਬੈਠਿਆ, ਜਦੋਂ ਖਡੱਲ ਦੇ ਕੋਲ ਹੋਏ ਤਾਂ ਹੁਕਮ ਦਿੱਤਾ ਕਿ ਬਾਬਾ ਖਵਾਜ ਖਿਜਰਾ ਸਾਨੂੰ 12 ਸਾਲ ਹੋ ਗਏ ਨਹਾਤਿਆਂ, ਸਾਨੂੰ ਨਹਾ ਲਏ। ਖੂਹ ਦੇ ਵਿੱਚ ਉਹਨਾਂ ਪਾਣੀ ਨਿਕਲ ਕੇ ਅਤੇ ਤੁਰਨਾ ਸ਼ੁਰੂ ਹੋ ਗਿਆ। ਬਾਬੇ ਹੋਰੀ ਨਹਾਉਣ ਡਿਆ ਪਏ,
ਵਜ਼ੀਰ ਵੇਖ ਕੇ ਕਹਿੰਦਾ ਬਾਦਸ਼ਾਹ ਸਲਾਮਤ, ਤੂੰ ਪਿਛਲੀ ਦੌਲਤ ਲੈਂਦਾ ਲੈਂਦਾ ਕਿਤੇ ਹੋਰ ਨਾ ਆਪਦਾ ਬੇੜਾ ਗਰਕ ਕਰਵਾ ਲਈ, ਇਹ ਤਾਂ ਕੋਈ ਅੱਲਾਹ ਦਾ ਵਲੀ ਹੈ, ਤੂੰ ਕਿਹਨੂੰ ਛੇੜ ਬੈਠਾ, ਇਹਦੇ ਕੋਲ ਮਾਫ਼ੀ ਮੰਗ ਅਤੇ ਜਾਨ ਛਡਾ। ਫਿਰ ਉਸ ਵਕਤ ਅਕਬਰ ਬਾਦਸ਼ਾਹ ਨੇ ਕਹਿੰਦੇ ਆ ਦੱਸਦੇ ਆ ਬਈ ਹੱਥ ਬੰਨੇ, ਮਾਫ਼ੀ ਮੰਗੀ ਕਿ ਤੂੰ ਅੱਲਾਹ ਦਾ ਵਲੀ ਹੈ, ਮੈਂ ਤੇਰੇ ਨਾਲ ਜੋ ਜ਼ਿਆਦੀ ਕੀਤੀ ਆ ਮੈਨੂੰ ਮਾਫ਼ ਕਰ ਦੇ ਅਤੇ ਭਲਿਆ ਲੋਕਾਂ ਤੂੰ ਜਾ ਜਿੱਧਰ ਨੂੰ ਜਾਣਾ। ਆਪ ਕਹਿਣਗੇ ਠੀਕ ਆ ਮੀਆਂ, ਜੇ ਤੇਰਾ ਘਰ ਪੂਰਾ ਹੋ ਗਿਆ, ਜਿਹੜਾ ਤੇਰਾ ਨੁਕਸਾਨ ਹੋਇਆ ਸੀ ਅਸੀਂ ਚਲੇ ਜਾਂਦੇ ਹਾਂ। ਵਜ਼ੀਰ ਕਹਿੰਦਾ ਇੱਦਾਂ ਨਾ ਟੋਰ ਇਹਨੂੰ, ਇਹਨੂੰ ਕੁਛ ਦੇ ਕੇ ਅਤੇ ਰਾਜ਼ੀ ਕਰਕੇ ਟੋਰ। ਫਿਰ ਅੱਗੇ ਹੋ ਕੇ ਬਾਦਸ਼ਾਹ ਕਹਿਣ ਲੱਗਾ ਕਿ ਸਰਕਾਰ ਮੈਂ ਤੁਹਾਡੇ ਨਾਲ ਜੋ ਜ਼ਿਆਦੀ ਕੀਤੀ ਆ ਅਤੇ ਮੇਰੇ ਦਿਲ ਨੂੰ ਤਾਂ ਸਕੂਨ ਆਉਣਾ ਹੈ, ਮੈਂ ਵਕਤ ਦਾ ਬਾਦਸ਼ਾਹ, ਮੇਰੇ ਕੋਲ ਕੁਛ ਮੰਗੋ। ਆਪ ਕਹਿਣ ਲੱਗੇ ਕਿ ਦੁਨੀਆਂ ਦਾ ਮਾਲ ਹੁੰਦਾ ਦੌਲਤ ਪੈਸਾ, ਇਹ ਮੰਗਣ ਵਾਲੀ ਚੀਜ਼ ਹੁੰਦੀ ਹੈ, ਇਹਦੇ ਵਾਸਤੇ ਤਾਂ ਤੂੰ ਅੱਗੇ ਸਾਨੂੰ ਭਲਿਆ ਜਾਨੋਂ ਮਾਰਨ ਦੀ ਕਿਰਾਂ ਗਿਆ, ਅਤੇ ਹੋਰ ਹੁਣ ਕਿਹੜੀ ਸ਼ਾਹ ਮੰਗੀ ਹੈ ਤੇਰੇ ਕੋਲ? ਨਹੀਂ ਜੀ, ਮੈਂ ਵਕਤ ਦਾ ਬਾਦਸ਼ਾਹ, ਮੰਗੋ ਕੁਛ। ਜਦੋਂ ਤੀਸਰੀ ਵਾਰੀ ਬਾਦਸ਼ਾਹ ਨੇ ਕਿਹਾ ਅਤੇ ਬਾਬੇ ਹੋਰੀ ਕਹਿਣ ਲੱਗੇ ਅੱਛਾ ਫਿਰ ਮੈਂ ਜ਼ਿਮੀਂਦਾਰ ਹਾਂ, ਮਿੱਟੀ ਦੀ ਮੁੱਠ ਸਾਨੂੰ ਕੋਈ ਦੇ ਦੇ ਭਾਈ ਬਹਿਣ ਵਾਸਤੇ। ਉਹਨਾਂ ਨੇ ਫਿਰ ਨਾ ਹੁਕਮ ਦਿੱਤਾ ਬਾਦਸ਼ਾਹ ਨੇ ਕਿ ਜਾਓ ਬਾਬੇ ਜੀ ਨੂੰ ਘੋੜਾ ਦਿਓ ਅਤੇ ਨਾਲ ਇਹਦੇ ਜਾਵੋ, ਜਿੱਥੇ ਬੈਠਾ ਜਿੰਨੀ ਇਹ ਵਲਣੀ ਹੈ ਜਗੀਰ ਜਾ ਕੇ ਵਲ ਲਵੇ, ਉਹ ਰਕਬਾ ਲਿਖ ਕੇ ਮੇਰੇ ਪੇਸ਼ ਕਰੋ ਅਤੇ ਮੈਂ ਬਾਬੇ ਨੂੰ ਲਾ ਦੇਣਾ। ਉਸ ਵਕਤ ਫਿਰ ਬਾਬੇ ਹੁਰੀ ਆਏ ਨੇ, ਇਹਨਾਂ ਨੇ ਜਨਾਬ ਵਰਨਾ ਦੀ ਬੁੱਤੀ ਵੀ ਘੋੜਾ ਫੇਰਿਆ, ਦੋ ਕੁ ਇੱਧਰ ਦੱਖਣ ਪਾਸਾ, ਦੋ ਕੁ ਇੱਧਰ ਪਹਾੜ ਪਾਸਾ ਨਿਕਲ ਜਾਂਦਾ। ਇੱਧਰੋਂ ਲਾਲਕਿਆਂ ਦੇ ਉੱਤੋਂ ਦੀ ਘੋੜਾ ਆਉਂਦਾ ਸੀ, ਲਾਲਕਿਆਂ ਵਾਲਿਆਂ ਨੇ ਹੱਥ ਪੱਲਾ ਜੋੜਿਆ ਕਿ ਸਾਨੂੰ ਜੀ ਮਾਫ਼ ਕਰ ਦਿਓ, ਸਾਡਾ ਪਿੰਡ ਵੱਖਰਾ ਰਹਿਣ ਦੇ। ਆਹੋ ਨਾਲ ਉੱਥੋਂ ਫਿਰ ਘੋੜਾ ਉਰਾਂ ਨੂੰ ਕੀਤਾ, ਇੱਧਰੋਂ ਯਾਨੀ ਕੋਹਕ ਬਣ ਜਾਂਦਾ ਹੋਊਗਾ, ਇੱਧਰੋਂ ਜੜਿਆਲੀਆਂ ਨੇ ਤਰਲਾ ਲਿਆ, ਕੋਹਕ ਇੱਧਰੋਂ ਬਣ ਜਾਇਆ। ਘੋੜਾ ਫੇਰਿਆ, ਫੇਰ ਕੇ ਅਤੇ ਆ ਗਏ ਜਿਹੜਾ ਫਿਰ ਕੋਈ ਇਹਨਾਂ ਦਾ ਆਪਦਾ ਕਬੀਲਾ ਸੀ, ਕੋਈ ਨੱਸੇ ਭੱਜੇ ਸੀ, ਕੋਈ ਵੱਸਦੇ ਸੀ, ਜੋ ਜਿੱਥੇ ਜਿੱਥੇ ਹੋਈ ਸੀ ਉਹਨਾਂ ਨਾਲ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਕਰਕੇ ਅਤੇ ਇੱਥੇ ਇਸ ਪਿੰਡ ਦੇ ਵਿੱਚ ਪਹਿਲੇ ਭੱਟੀ ਵੱਸਦੇ ਸੀ, ਭੱਟੀ ਹਾਂ ਭੱਟੀ ਵੱਸਦੇ ਸੀ। ਉਹਨਾਂ ਨੂੰ ਕਿਹਾ ਗਿਆ ਕਿ ਹੁਣ ਜੰਗੀਰ ਹੈ ਜਿਹੜੀ ਵੀ ਇਹ ਤੁਹਾਡੀ ਨਹੀਂ ਰਹਿ ਗਈ, ਅਤੇ ਤੁਸੀਂ ਭਾਈ ਇੱਥੋਂ ਕੂਚ ਕਰੋ, ਇਹ ਬਾਦਸ਼ਾਹ ਨੇ ਪਿੰਡ ਦੇ ਤਾ ਇਹਨਾਂ ਨੂੰ। ਉਹ ਫਿਰ ਉਸ ਵਕਤ ਨਾ ਉੱਠ ਕੇ ਅਤੇ ਚਲੋ ਚਲੋ ਗਿਆ ਜਿੱਧਰ ਜਿੱਧਰ ਫਿਰ ਮੁਕਾਮ ਹੋਇਆ ਅਗਲਿਆਂ ਦੇ, ਬਣਾ ਲਿਆ ਉਹਨਾਂ ਨੂੰ। ਬਾਬੇ ਨੇ ਆਪਣਾ ਕਬੀਲਾ ਲੱਭ ਲੁੱਭ ਕੇ ਇੱਥੇ ਬਾ ਕੇ ਅਤੇ ਫਿਰ ਕਹਿਣ ਲੱਗੇ ਕਿ ਇਹ ਮਾਈ ਧਰਤੀ ਮਾਤਾ, ਮੇਰਾ ਲਕਬ ਸੱਤੋ ਪੀਰ ਹੈ, ਜੇ ਮੈਂ ਸਿੱਖਾਂ ਦੇ ਹੱਥ 'ਚ ਆਵਾਂ ਤਾਂ ਉਹਨਾਂ ਨੇ ਸਾੜਨਾ ਮੈਨੂੰ, ਮੈਨੂੰ ਅੱਗ ਨਹੀਂ ਲੱਗਣੀ ਅਤੇ ਮੈਂ ਰਿਸ਼ਵਾ ਹੋ ਜਾ ਸਕ। ਮੁਸਲਮਾਨਾਂ ਦੇ ਹੱਥ 'ਚ ਆਵਾਂ, ਉਹਨਾਂ ਨੇ ਮੈਨੂੰ ਹੱਥ ਤੋਂ ਅੱਗ ਜਨਾਜ਼ਾ ਕਰਾਉਣਾ ਅਤੇ ਮੇਰੇ ਜਿਹੜੀ ਔਲਾਦ ਆ ਜਾਂ ਮੇਰੇ ਬਰਾਦਰੀ ਬਾਕੀ, ਉਹਨਾਂ ਨੇ ਇਸ ਗੱਲ ਦਾ ਗਿਲਾ ਕਰਨਾ ਵੀ ਇਹ ਸਾਡਾ ਅਤੇ ਤੂੰ ਸਾਨੂੰ ਇਸੇ ਤਰ੍ਹਾਂ ਹੀ ਲਕੋਲਾ ਜਿਸ ਤਰ੍ਹਾਂ ਅੱਗੇ ਲਕੋਈ ਰੱਖਿਆ 12 ਸਾਲ, ਅਤੇ ਉੱਤੋਂ ਜਿਹਦੀ ਮਰਜ਼ੀ ਆ ਸਾਨੂੰ ਮੰਨੇ, ਹਿੰਦੂ ਮੰਨੇ, ਮੁਸਲਮਾਨ ਮੰਨੇ, ਸਿੱਖ ਮੰਨੇ, ਜਿਹਦੀ ਮਰਜ਼ੀ ਆ ਮੰਨੇ, ਜਿਹਦੀ ਮਰਜ਼ੀ ਆ ਨਾ ਮੰਨੇ। ਫਿਰ ਇੱਥੇ ਆਏ ਆ ਅਤੇ ਜਿੰਦਾ ਹੀ ਸਮਾ ਗਏ ਆ, ਜਿੰਦਾ ਹੀ ਸਮਾ ਗਏ, ਇੱਥੇ ਸਮਾ ਗਏ। ਫਿਰ ਇਹਨਾਂ ਨੇ ਕੋਈ ਚੰਦ ਦਿਨ ਪਾ ਕੇ ਅਤੇ ਮਗਰੋਂ ਜਿਹੜੇ ਲੋਕ ਸੀ ਇੱਥੇ ਰਹਿਣ ਵਾਲੇ, ਉਹਨਾਂ ਨੂੰ ਜਿਹਨਾਂ ਨਿਭਾਇਆ ਸੀ, ਉਹਨਾਂ ਨੂੰ ਖੁਆਬ ਦੇ ਵਿੱਚ ਇਸ਼ਾਰਾ ਕੀਤਾ ਕਿ ਇਹ ਮੇਰੀ ਜਗ੍ਹਾ, ਜੇ ਕਿਸੇ ਫਿਕਰ 'ਚ ਨਾ ਪਿਓ, ਮੇਰਾ ਇੱਥੇ ਆ ਕੇ ਨਿਸ਼ਾਨ ਬਣਾ ਲਓ। ਅਤੇ 12 ਸਾਲਾਂ ਦੇ ਵਿੱਚ ਜਿੰਨੇ ਪੁੱਤਰ ਹੋਣ ਉਨੇ ਬੱਕਰੇ ਮੇਰੇ ਦਰਬਾਰ 'ਤੇ ਲਿਆਉਣੇ ਆ, ਅਤੇ ਬੱਕਰੇ ਛੱਡ ਦੇਣੇ, ਤੁਹਾਡਾ ਉਹਦੇ 'ਤੇ ਕੋਈ ਤਲਕ ਨਹੀਂ। ਉਹ ਫਿਰਦੇ ਰਹਿਣ, ਉਹਨਾਂ ਨੂੰ ਮੁਸਲਮਾਨ ਖਾਣ, ਉਹਨਾਂ ਨੂੰ ਸਿੱਖ ਖਾਣ, ਉਹਨਾਂ ਨੂੰ ਹਿੰਦੂ ਖਾਵੇ, ਉਹਨਾਂ ਨੂੰ ਜਿਹੜਾ ਮਰਜ਼ੀ ਖਾਵੇ, ਖਲ ਅਤੇ ਸ੍ਰੀ ਖਰੌੜੇ ਇਹ ਹੈ ਜਿਹੜੀ ਮੇਰੀ ਹਦੂਦ ਹੈ ਦਰਬਾਰ ਦੀ, ਇਹਦੇ ਵਿੱਚ ਆ ਜਾਣ ਅਤੇ ਵਰਨਾ ਦੀ ਬੂਤੀ ਦੀ ਅੰਦਰ ਅੰਦਰ ਬਹਿ ਕੇ ਗੋਸ਼ਤ ਜਿੱਥੇ ਮਰਜ਼ੀ ਆ ਕੋਈ ਖਾ ਲੈ, ਜਿੱਥੋਂ ਤੱਕ ਮੇਰੇ ਘੋੜੇ ਦੇ ਪੌੜ ਲੱਗੇ ਉਸ ਤੋਂ ਅੱਗੇ ਬਾਹਰ ਜਾਏਗਾ, ਗੋਸ਼ਤ ਨਹੀਂ ਖਾਏਗਾ, ਕੋਈ ਕੀੜ ਪੈ ਜਾਣ। ਉਹ ਫਿਰ ਇਹ ਬਸ ਉਦੋਂ 'ਤੇ ਹਿਸਾਬ ਕਿਤਾਬ ਚੱਲੇ। ਹੁਣ ਦਰਬਾਰ 'ਚ ਬਾਬਾ ਸੱਤੋ ਪੀਰ ਨੂੰ ਕੌਣ ਕੌਣ ਮੰਨਦੇ? ਹੁਣ ਇੱਥੇ ਜੀ ਹਰ ਕੋਈ ਮੰਨਦਾ, ਜਿਹੜਾ ਵੀ ਆਵੇ ਮੰਨਣ ਵਾਲਾ ਮੰਨਦਾ, ਮੁਸਲਮਾਨ ਸਿੱਖ ਸਾਰੇ ਮੰਨਦੇ ਨੇ, ਸਭ ਮੰਨਦੇ ਆ, ਸਿੱਖ ਉੱਧਰ ਮੰਨੀ ਜਾਂਦੇ ਆ, ਕੋਈ ਇੱਧਰ ਵੀ ਆਉਂਦੇ ਆ ਸਲਾਮ ਕਰਦੇ ਆ। ਹੋਰ ਇੱਥੋਂ ਦੀ ਬਾਬਾ ਜੀ ਦੀ ਹਿਸਟਰੀ ਦੱਸੋ ਕਿ ਇੱਥੇ ਸੁਣਿਆ ਚੋਰੀ ਵੀ ਹੋਈ ਇੱਕ ਦਫਾ, ਉਹਦੇ ਬਾਰੇ ਦੱਸੋ ਥੋੜ੍ਹਾ। ਉਹ ਤਾਂ ਇੱਥੇ ਬਾਬੇ ਦੇ ਉਹ ਉੱਤੇ ਰੌਜੇ ਦੇ ਉੱਤੇ ਟੱਲ ਸੀ ਐਡਾ ਸਾਰਾ, ਹਾਂਜੀ, ਅਤੇ ਕਿਸੇ ਵਕਤ ਦੇ ਵਿੱਚ ਚੜਾਇਆ ਸੀ ਉਹ ਕਿਸੇ ਨੇ ਸੋਨੇ ਦਾ, ਯਾਨੀ ਕੋਈ ਅੰਦਾਜ਼ਨ ਚਿਲਮ ਜਿੱਡਾ ਸੀਗਾ, ਕੋਈ ਪਾਈਆ ਪੱਕਾ ਹੋਊਗਾ ਵਜਨ। ਉਹਨੂੰ ਪਿਆ ਚੋਰ ਲਾਉਣ ਵਾਸਤੇ
ਇਹ ਸਿਆਣੇ ਬੰਦੇ ਜਿਹੜੇ ਇੱਥੋਂ ਦੇ ਵਸਣ ਵਾਲੇ ਜਿਨ੍ਹਾਂ ਨੇ ਇਹ ਵਾਕਿਆ ਦੇਖੇ ਉਹਨਾਂ ਦੀਆਂ ਦੱਸੀਆਂ ਗੱਲਾਂ ਤੋਂ ਬਾਅਦ ਆਹੋ ਉਸ ਤੋਂ ਬਾਅਦ ਹੀ ਕਿ ਹਾਂ ਹਾਂ ਇਹ ਤਾਂ ਕਈ ਬੰਦੇ ਐਸੇ ਜਿਨ੍ਹਾਂ ਨੇ ਵਾਕਿਆ ਵੇਖਿਆ ਅਤੇ ਸਾਨੂੰ ਸੁਣਾਇਆ ਅਤੇ ਹੁਣ ਸਫ਼ਰ ਸੁਫ਼ਰ ਕਰ ਗਏ ਨੇ ਵਡੇਰੇ ਹੋ ਉਹ ਚੋਰ ਲਾਉਣ ਲੱਗੇ ਆ ਅਤੇ ਸਾਰੀ ਰਾਤ ਲਾਉਂਦੇ ਰਹੇ ਜਦੋਂ ਦਰਬਾਰੋਂ ਬਾਹਰ ਨਿਕਲਦੇ ਅੰਨੇ ਹੋ ਜਾਂਦੇ ਉਹਨਾਂ ਨੂੰ ਦਿਸਦਾ ਕੁਛ ਨਹੀਂ ਬਹਿ ਜਾਂਦੇ ਆ ਫਿਰ ਜਦੋਂ ਅੰਦਰ ਹੁੰਦੇ ਦਿਸਣ ਡਿਆ ਪੈਂਦਾ ਅਖੀਰਕਾਰ ਨਾ ਉਹਨਾਂ ਨੇ ਟੱਲ ਉੱਥੇ ਹੀ ਟੰਗਿਆ ਅਤੇ ਆਪ ਉਹ ਫਿਰ ਗਏ ਅਤੇ ਬਾਬਾ ਜੀ ਨੇ ਕਿਹਾ ਵੀ ਇਹ ਤਾਂ ਦੁਨੀਆ ਮਰ ਜੂ ਖੋਜ ਖੋਜ ਕੇ ਜਾ ਉਹ ਲੋਹੇ ਦਾ ਹੀ ਹੋ ਜਾ ਫਿਰ ਬਾਬੇ ਦੀ ਦੁਆ ਦੇ ਨਾਲ ਉਹ ਲੋਹੇ ਦਾ ਹੋ ਗਿਆ ਅਤੇ ਉਹ ਸਾਡੇ ਆਉਣ ਆਇਆਂ ਤੋਂ ਕੋਈ ਦੋ ਤਿੰਨ ਸਾਲ ਬਾਅਦ ਨਾ ਉਹਨੂੰ ਘਰਕੀਨ ਜੀ ਇੱਕ ਲੱਗੀ ਅਤੇ ਗਲ ਗਿਆ ਉਹ ਅਤੇ ਉਹ ਝੜ ਗਿਆ ਸਾਰਾ ਹੀ ਫਿਰ ਤੁਸੀਂ 47 ਤੋਂ ਬਾਅਦ ਇੱਥੇ ਆ ਕੇ ਬਾਅਦ ਹੋਏ ਅਸੀਂ ਜੀ ਹਾਂ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ ਨਾ ਹਾਂਜੀ ਸਾਡੇ ਬਾਪ ਨੇ ਇੱਥੇ ਆ ਕੇ ਡੇਰਾ ਲਾਇਆ ਇਸ ਜਗ੍ਹਾ 'ਤੇ ਇਸ ਜਗ੍ਹਾ 'ਤੇ ਸਾਨੂੰ ਵੀ ਛੱਡ ਛੁੱਡ ਆਇਆ ਉਹ ਆਸਲ ਸੂਗਾ ਪਿੰਡ ਹਾਂਜੀ ਉੱਥੇ ਇੱਥੇ ਫਿਰ ਉਹ ਇਕੱਲਾ ਹੀ ਬੈਠਾ ਰਿਹਾ ਸਾਲ ਫਿਰ ਉਹ ਮੇਰੇ ਨਾਨਕਿਆਂ ਨੇ ਭਾਲਣਾ ਭੁੱਲਣਾ ਸ਼ੁਰੂ ਕੀਤਾ ਭਾਲ ਭੁੱਲ ਕੇ ਫਿਰ ਸਾਨੂੰ ਵੀ ਮਾਂ ਪੁੱਤਾਂ ਨੂੰ ਇੱਥੇ ਛੱਡ ਗਏ ਹੁਣ ਕੋਈ ਵੀ ਨਹੀਂ ਵਾਹੁੰਦਾ ਹੁਣ ਆਪਣੋ ਆਪਣੀਆਂ ਸਾਰੇ ਪਵਾ ਕੇ ਬੈਠੇ ਆ ਉਹ ਖਾਤੇ ਖਤਮ ਹੋ ਗਏ ਆ ਹੁਣ ਉਹ ਜਿਹੜਾ ਹਿਸਾਬ ਕਿਤਾਬ ਸੀ ਹੁਣ ਸਿੱਖਾਂ ਦੀ ਜਿਹੜੀ ਸੀ ਮਲਕਈਏ ਤੋਂ ਸਿੱਖ ਉੱਧਰ ਲੈ ਗਏ ਜਿਹੜੀ ਮੁਸਲਮਾਨਾਂ ਦੀ ਸੀ ਉਹ ਇੱਧਰ ਰਹਿ ਗਈ ਆ ਉਹ ਆਪਣਾ ਇੱਥੇ ਜਿਹੜੇ ਮੁਸਲਮਾਨ ਆਏ ਮਹਾਜਰ ਉਹਨਾਂ ਨੇ ਪਵਾ ਪੂ ਲਈਆਂ ਹੁਣ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਆਬਾਦੀਆਂ ਆਬਾਦ ਨੇ ਇਸ ਪਿੰਡ ਦੇ ਵਿੱਚ ਹਰ ਕੌਮ ਹੀ ਹੈਗੀ ਆ ਸਾਰੀਆਂ ਜਾਤਾਂ ਨੇ ਹਾਂ ਸਾਰੀਆਂ ਜਾਤਾਂ ਹਨ ਅਤੇ ਸਿੱਖ ਜਿਹੜੇ ਬਾਬਾ ਜੀ ਦੇ ਲੈਂਦੇ ਲੰਘਦੇ ਸੀ ਉਹ ਉਹਨਾਂ ਦਾ ਕਦੀ ਆਏ ਨਾ ਦੁਬਾਰਾ ਇੱਥੇ ਕੋਈ 4-5 ਸਾਲ ਹੋ ਗਏ ਆ ਅੱਜ ਤੋਂ ਪਹਿਲੇ ਹਾਂਜੀ ਉਦੋਂ ਆਏ ਆ ਬਾਬਾ ਜੀ ਦੇ ਰਿਸ਼ਤੇਦਾਰ ਸਨ ਇਹਨਾਂ ਦੀ ਔਲਾਦ ਅੱਗੋਂ ਕੋਈ ਰਿਸ਼ਤੇਦਾਰ ਤਾਂ ਫਿਰ ਬੜੀ ਦੂਰ ਆਏ ਤਾਂ 400 ਸਾਲ ਹੋ ਗਏ ਇਹਨਾਂ ਨੂੰ ਹੋਇਆ ਨੂੰ ਕੋਈ ਅੱਜ ਦੇ ਹੋਏ ਇਹਨਾਂ ਦੀ ਨਸਲ ਦੇ ਵਿੱਚੋਂ ਹੀ ਆਏ ਸਨ ਆਹੋ ਇਹਨਾਂ ਦੀ ਜਦ ਹਾਦਸਾ ਦੱਸਦੇ ਨਹੀਂ ਸੀ ਜਿਹੜੇ ਤੁਸੀਂ ਵੀ ਅਸੁੰਦਰ ਸਿੰਘ ਦੇ ਫਲਾਨਾ ਫਲਾਨਾ ਹਾਂਜੀ ਉਹ ਸਾਰੇ ਇਹਨਾਂ ਦੀ ਔਲਾਦ ਹੀ ਸੀ ਅੱਗੋਂ ਤੁਰੇ ਆਉਂਦੇ ਅੱਗੋਂ ਉਹਨਾਂ ਦੀਆਂ ਔਲਾਦਾਂ ਹੀ ਤੁਰੀਆਂ ਜਾਂਦੀਆਂ ਉਹ ਜੀ ਨਹੀਂ ਪੱਕੀ ਰਵਾਇਤ ਨਹੀਂ ਸਾਡੇ ਕੋਈ ਸਾਲੀ ਦੱਸਦਾ ਕੋਈ ਭਰਜਾਈ ਦੱਸਦਾ ਕੋਈ ਭੈਣ ਦੱਸਦਾ ਉਹਦੀ ਕੋਈ ਰਿਸ਼ਤੇ ਨਹੀਂ ਸਾਡੇ ਕੋਲ ਸਾਨੂੰ ਉਹਦੇ ਮਤਲਬ ਨਹੀਂ ਮਾਈ ਜਵਾਰੀ ਉਹਦਾ ਨਾਂ ਹੈ ਮਾਈ ਜਵਾਰੀ ਅਤੇ ਉਹ ਪਿੰਡ ਵਾਲੇ ਲੋਕ ਮੰਨਦੇ ਮੁੰਦੇ ਮੇਲਾ ਮੂਲਾ ਕਰਵਾਉਂਦੇ ਆਹ ਦਰਬਾਰ ਹੈ ਢੇਰੀ ਆ ਦਰਬਾਰ ਨਹੀਂ ਏਡਾ ਬਸ ਢੇਰੀ ਬਣਾਈ ਆ ਅਤੇ ਪਿੰਡ ਵਾਲੇ ਮੇਲਾ ਕਰਵਾਉਂਦੇ ਆ ਠੀਕ ਹੋ ਗਿਆ ਜੀ ਬੜੀ ਮਿਹਰਬਾਨੀ